जरूर जागना, क्योंकि सतगुरु सेवन जागन से। जिन्हें गुरु नु सेवया उन्होंने नैण नहीं सुते, जिन्हें गुरु नु सेवया उन्होंने कन नहीं सुते। पर मेरे तो शौक है, नैनो नींद पर दिष्ट विकार, सरवन सोए सुन निंद विचार, रसना सोई लोभ मीठे स्वाद, मन सोया माया विस्मार। क्यों क्यों कंत प्यारी हो, मैं किवें प्यारी हो सकती। मैं गुरु नू नहीं सेवया, जिन्हें गुरु नू सेवया उन्हां नू नींद नहीं आई, जिन्हें गुरु नू सेवया नहीं उन्हां नू जाग नहीं। सतगुर सेवन जागन से, नींद आई क्यों भाई? श्याम सुंदर अजे बैठे नींदर आ गई, माया ने मोह लिया, नींदर आ गई। नींद कोई सिर्फ अखां नूं तां नहीं आउंदी, मन सुत्ता पिया, मन सोया माया विस्मात। इस ग्रह में कोई जागत रहे, कोई एक तां जागदा सारे ही सौ गए। इस ग्रह में कोई जागत रहे, साबत वस्त सो अपनी लहे, सगल सहेली अपने रसमाती, ग्रह अपने की खबर न जाती। बुए खुले पे हन, घर वाले सौ गए, चोर ताक विच सन, सब कुछ लुट के लै गए, कख न छड़ गए। चोर किते बाहरों नहीं आने, अंदर ही तो बैठे हन। मूसन हार पंच बटवारे, सुन्ने नजर परे ठग हारे, उन्हें रखे बाप न माए, माता पिता रखिया नहीं कर सके, दोस्त भरा मित्र नहीं बचा सकते। उनते रखे मीत न भाई, उनते रखे बाप न माई, उनते रखे मीत न भाई, दर्ब सियाणप न ओए रहते, सहबाग दिन एक थां जो है केड़ी, साध संगत ए दुष्ट वस। जे संगत विच किते आ जावे, ए दुष्ट तेरे वस हो जाएंगे। संगत विच आके तेनू ऐसा रंग लगेगा, तेनू फिर नींद ना भी आवेगी, नींद ना आवेगी। आ रात बिनड़ी होवे, तारे चमकदे होवन, गुरु का सिख जाग रहा। इसे नू ता संत आखिया है। संत किसे पग दा ना ता नहीं, संत किसे शकल दा नाम नहीं, संत ता करणी दा नाम है। और करणी चो सब चो सब तो उची करणी आ जागण दी। पहले पैरे फुलड़ा फल भी पछा रात, जो जागन लहन से साई कन्नो दात, बिन्नी रहनड़िए b
ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ, ਜੇ ਅੰਮ੍ਰਿਤ ਵੇਲੇ ਨਹੀਂ ਬੋਲੇਗਾ ਤਾਂ ਪੁਕਾਰ ਵਿਅਰਥ ਜਾਏਗੀ, ਪੁਕਾਰ ਨਹੀਂ ਸੁਣੀ ਜਾਏਗੀ। ਸੁਣੀ ਜਾਏਗੀ ਉਸੇ ਦੀ ਜਿਹੜਾ ਅੰਮ੍ਰਿਤ ਵੇਲੇ ਪੁਕਾਰੇਗਾ, ਔਰ ਜਿਸ ਦੀ ਪੁਕਾਰ ਪਹੁੰਚ ਗਈ ਫਿਰ ਮੇਘੇ ਨੂੰ ਫੁਰਮਾਨ ਹੋਇਆ, ਫੁਰਮਾਨ ਜਾਰੀ ਹੋਇਆ, ਬਰਸੋ ਬਈ ਬਰਸੋ ਕਿਰਪਾ ਦਿਖਾ। ਨਾਨਕੀ ਨੂੰ ਨੀਂਦ ਨਹੀਂ ਆਈ, ਨੀਂਦ ਨਹੀਂ ਆਈ ਨਾਨਕੀ ਨੂੰ, ਭਲਾ ਵੇਖਾਂ ਮੇਰਾ ਵੀਰ ਕਿੱਥੇ ਬੈਠਾ। ਕੋਠੇ ਤੇ ਚੜ ਖੜੋਤੀ, ਚਾਰ ਚੁਫੇਰੇ ਤੱਕਿਆ ਨਜ਼ਰ ਨਹੀਂ ਆਇਆ ਵੀਰ। ਵੀਰ ਕੂਕਦੀ ਦਾ ਧਿਆਨ ਜਿਸ ਵੇਲੇ ਲੱਗਾ ਤਾਂ ਵੀਰ ਸਾਹਮਣੇ ਖੜੋਤਾ, ਕਿਉਂਕਿ ਦੁਨਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ, ਦੁਨ ਚੋਂ ਧਿਆਨ ਪ੍ਰਗਟ ਹੁੰਦਾ, ਧਿਆਨ ਵਿੱਚ ਪ੍ਰਤੱਖ ਹੁੰਦਾ। ਇਸ ਤੋਂ ਕੁਝ ਅੱਗੋਂ ਵੀ ਕਹੋ ਮਹਾਰਾਜ ਭਾਈ, ਅਗਲੀ ਕਹਾਣੀ ਅਕਥ ਹੈ, ਉਹ ਗੁਰਮੁਖ ਜਾਣੇ, ਉਹ ਗੁਰਮੁਖ ਜਾਣਦੇ ਹਨ, ਔਰ ਜੋ ਜਾਣਦੇ ਹਨ ਉਹ ਕਥਦੇ ਨੇ। ਮੈਂ ਕਮਲੀ ਨੂੰ ਡੋਰ ਲੋਕ ਤਮਾਸ਼ੇ ਆਇਆ, ਇਸ਼ਕ ਵਜਾਏ ਢੋਲ ਬਿਰਹੋਂ ਨੇ ਆਣ ਜਗਾਇਆ। ਇੱਕ ਗੱਲ ਮੈਨੂੰ ਦੱਸੀ ਮਾਹੀ, ਉਹ ਅੱਗੇ ਮੈਂ ਜਾਣਦੀ ਨਾ। ਇੱਕ ਗੱਲ ਮੈਨੂੰ ਦੱਸੀ ਮਾਹੀ, ਉਹ ਅੱਗੇ ਮੈਂ ਜਾਣਦੀ ਨਾਹੀ, ਉਹ ਦੱਸਣ ਦੀ ਨਹੀਂ ਗੱਲ ਯਾਰ ਕੁਰਾਨ ਚਵਾਇਆ, ਉਹ ਗੱਲ ਦੱਸਣ ਦੀ ਨੇ। ਉਹ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੋ ਕਿੱਲੀ ਫੜ ਕੇ ਖੜੋਤੇ ਹਨ, ਕਿਸ ਰਸ ਵਿੱਚ ਟਿਕੇ ਹਨ ਇਹ ਉਹ ਆਪ ਜਾਣ। ਬਾਬਾ ਜੀ ਜੋ ਸਾਰੀ ਸਾਰੀ ਰਾਤ ਕੇਸ ਬਣ ਕੇ ਖੜੋਤੇ, ਰਾਤ ਗੁਜ਼ਾਰਦੇ ਸਨ, ਕੌਣ ਜਾਣੇ ਉਸ ਰਸ ਨੂੰ। ਇੱਕ ਵਾਰੀ ਬਾਬਾ ਜੀ ਬਚਨ ਕਰਦੇ ਕਰਦੇ ਪਿੱਛੋਂ ਵੇਖਣ ਲੱਗ ਪਏ, ਪਿੱਛੇ ਇੱਕ ਬੈਠਾ ਸੀ ਦਿੱਲੀ ਦਾ ਬੰਦਾ, ਉਹ ਪੈਨਸਲ ਲੈ ਕੇ ਕਾਗਜ਼ 'ਤੇ ਲਿਖੀ ਜਾਂਦਾ ਸੀ ਝਟਪਟ ਕਿ ਬਾਬਾ ਜੀ ਕੀ ਬੋਲ ਰਹੇ ਹਨ। ਬਾਬਾ ਜੀ ਨੇ ਪਿਛਾਂ ਪਰਤ ਕੇ ਵੇਖਿਆ ਅਤੇ ਆਖਿਆ, ਕਿਉਂ ਬਈ ਕੀ ਪਿਆ ਲਿਖਣਾ?
ਪਹਿਲਾਂ ਤੇ ਕੰਬ ਗਿਆ ਵਿਚਾਰਾ, ਫਿਰ ਕਹਿੰਦਾ ਜੀ ਆਪਦੇ ਬਚਨ। ਬਚਨ ਕਿਸ ਵਾਸਤੇ? ਇਹ ਜੀ ਫਿਰ ਇਤਿਹਾਸ ਵਿੱਚ ਇਹ ਵਚਨ ਹੀ ਤਾਂ ਹੁੰਦੇ ਹਨ। ਇਤਿਹਾਸ ਕੀ ਇਤਿਹਾਸ ਲਿਖੇਗਾ ਬਈ ਕਿਸੇ ਮਹਾਂਪੁਰਖ ਦਾ? ਫਰੀਦ ਦਾ ਇਹ ਇਤਿਹਾਸ ਤਾਂ ਆਵੇਗਾ ਵੀ 12 ਸਾਲ ਖੂਹ 'ਚ ਲਟਕਿਆ, ਪਰ ਕਿਸ ਰਸ ਵਿੱਚ ਲਟਕਿਆ ਉਹਨੂੰ ਕਿਵੇਂ ਲਿਖੇਗਾ? ਕਿਸ ਸਵਾਦ ਵਿੱਚ ਲਟਕਿਆ? ਜੋ ਲਟਕਿਆ ਸੀ 12 ਸਾਲ, ਉਹਨੇ ਲਟਕ ਕੇ ਵੇਖਿਆ ਕੀ? ਜੇ ਉਹ ਕੁਝ ਨਹੀਂ ਇਤਿਹਾਸ ਵਿੱਚ ਆਇਆ ਤਾਂ ਇਤਿਹਾਸ ਅਧੂਰਾ ਹੈ। ਤੇ ਆਪ ਹੀ ਅਸ ਕੇ ਕਹਿਣ ਲੱਗੇ, ਮਹਾਤਮਾ ਦਾ ਇਤਿਹਾਸ ਕਿਆ ਲਿਖਦੇ ਹੋ ਬਈ? ਆਹ ਸਾਰਾ ਗੁਰੂ ਗ੍ਰੰਥ ਸਾਹਿਬ ਮਹਾਂਪੁਰਖ ਦਾ ਇਤਿਹਾਸ ਹੈ। ਅਜੇ ਕੁਝ ਲਿਖਣ ਦੀ ਹੋਰ ਲੋੜ ਹੈ? ਇਤਿਹਾਸ ਤਾਂ ਇਸੇ ਵਾਸਤੇ ਵਾਚਣੇ ਹਨ ਕਿਤੇ ਮਨ ਟਿੱਕੇ, ਤੇ ਮਨ ਕੀਰਤਨ ਵਿੱਚ ਟਿੱਕ ਹੀ ਜਾਂਦਾ। ਕੋਈ ਕੁਝ ਕਹੇਗਾ, ਕੋਈ ਕੁਝ ਕਹੇਗਾ, ਕਿੱਥੇ ਕਿੱਥੇ ਮਨ ਟਿਕਾਏਗਾ? ਉਹ ਜਿਹੜੀ ਅਸਲ ਬਾਤ ਹੈ ਉਹ ਇਤਿਹਾਸ ਵਿੱਚ ਨਹੀਂ, ਉਹ ਦੱਸਣ ਦੀ ਨਹੀਂ ਗੱਲ ਯਾਰ ਕੁਰਾਨ ਚਵਾਇਆ। ਕਿਤੇ ਉਸ ਗੱਲ ਦਾ ਵੀ ਕੋਈ ਵੇਤ ਦੱਸੋ? ਕਹਿਣ ਲੱਗੇ ਦੱਸਿਆ ਨਹੀਂ ਜਾਂਦਾ। ਜਵਾਨ ਨੂੰ ਉਹ ਵਸਤ ਮਿਲੀ ਨਹੀਂ ਤੇ ਦਿਲ ਨੂੰ ਜ਼ਬਾਨ ਹੈ ਨਹੀਂ। ਉਹ ਕੋਈ ਅੰਦਰ ਦੀਆਂ ਜਾਣਨ ਵਾਲਾ ਹੋਵੇ, ਜਿਸ ਵੇਲੇ ਡਹਿ ਪੈਂਦਾ ਕੋਈ ਨਿਵਾਣਾ ਹੋ ਕੇ ਗੁਰੂ ਦੇ ਹਿਰਦੇ ਵਿੱਚ ਆਪਣਾ ਥਾਂ ਬਣਾ ਲੈਂਦਾ, ਇਹ ਭੇਤ ਉਸ ਨੂੰ ਉਸੇ ਵੇਲੇ ਚਲਾ ਜਾਂਦਾ। ਅੱਜ ਤਾਂ ਗੁਰੂ ਕੰਨਾਂ ਨਾਲ ਮੂੰਹ ਲੈ ਕੇ ਪਏ ਉਪਦੇਸ਼ ਦਿੰਦੇ ਹਨ, ਯਾਦ ਹੋ ਰਿਹਾ। ਇਹ ਤਾਂ ਹਿਰਦੇ ਦੀ ਸ਼ੈ ਹੈ, ਹਿਰਦੇ ਵਿੱਚ ਟਿਕਣੀ ਹੈ ਜਾ ਕੇ। ਇਹ ਬਾਕੀ ਸਭ ਕੁਝ ਕਾਹਦੇ ਵਾਸਤੇ? ਪਰ ਇਹ ਭੇਤ ਦੀ ਬਾਤ ਹੈ ਨਾ ਬਈ, ਉੱਥੋਂ ਤੱਕ ਕੋਈ ਪਹੁੰਚਦਾ ਨਹੀਂ। ਉਰੇ ਉਰੇ ਆਪਣੇ ਅਨੁਮਾਨ ਨਾਲ ਜਿਵੇਂ ਜਿਸ ਨੂੰ ਚੰਗਾ ਲੱਗਦਾ ਕੀਤੀ ਜਾਂਦਾ। ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ। ਦੱਸਣ ਦੀ ਨਹੀਂ ਗੱਲ ਯਾਰ ਕੁਰਾਨ ਚਵਾਇਆ, ਉਹ ਗੱਲ ਕੋਈ ਦੱਸਣ ਵਾਲੀ ਹੈ? ਫਿਰ ਪਤਾ ਕਿਵੇਂ ਲੱਗੇ? ਸਾਹਿਬ ਆਖਦੇ ਨੇ ਪਤਾ ਲੱਗ ਵੀ ਜਾਂਦਾ ਨਾ ਭਈ ਮੂੰਹ ਬੋਲੇ, ਪਰ ਜਿਸ ਵੇਲੇ ਉਸਦੇ ਪਤੀ ਦੀ ਬਾਤ ਕਰੋਗੇ ਉਸਦੀਆਂ ਗੱਲਾਂ ਦੱਸਣਗੀਆਂ, ਲਾਲ ਹੋ ਜਾਣਗੀ, ਉਸਦਾ ਚਿਹਰਾ ਦੱਸੇਗਾ, ਕਿਸੇ ਰੰਗ ਵਿੱਚ ਆ ਜਾਏਗਾ, ਉਸਦੀਆਂ ਅੱਖਾਂ ਦੱਸਣਗੀਆਂ ਜੋ ਬਰਬਰ ਆਉਣਗੀਆਂ। ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ। ਇੱਕ ਗੱਲ ਮੈਨੂੰ ਦੱਸੀ ਮਾਹੀ, ਉਹ ਅੱਗੇ ਮੈਂ ਜਾਣਦੀ ਨਾਹੀ। ਉਸ ਗੱਲ ਵਿੱਚ ਜੇ ਕਿਸੇ ਨੂੰ ਲੋਰ ਆ ਗਿਆ, ਲੋਕ ਭਾਵੇਂ ਪਏ ਕਮਲੀ ਸਮਝਣ। ਯਾਰ ਕੁਰਾਨ ਚਵਾਇਆ।
ਦੀ ਗੱਲ ਨਹੀਂ ਕਿਉਂ ਗੁਰਮੁਖ ਅਕਥ ਕਹਾਣ ਪਰ ਇਸਦਾ ਮੁੱਢ ਕਿੱਥੋਂ ਵੱਜਦਾ ਧੁਨ ਚੋਂ ਔਰ ਧੁਨ ਹੈ ਕੀਰਤਨ 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 ਵੀ ਜੁੜੇਗਾ ਧਿਆਨ ਲੱਗੇਗਾ ਧਿਆਨ ਲੱਗੇਗਾ ਉਹ ਸਾਹਮਣੀ ਮੂਰਤ ਪ੍ਰਤੱਖ ਹੋ ਜਾਏਗੀ ਫਿਰ ਅੱਗੋਂ ਕੀ ਹੋਏਗਾ ਅੱਗੋਂ ਮੈਂ ਨਹੀਂ ਕਹਿ ਸਕਦਾ ਜਿਹੜਾ ਵੇਖੇਗਾ ਆਪੇ ਜਾਣੇਗਾ ਇਹ ਧਿਆਨ ਪ੍ਰਪੱਕ ਸੀ ਬੇਬੇ ਨੇ ਜਿਸ ਵੇਲੇ ਧਿਆਨ ਮਗਨ ਹੋਈ ਤਾਂ ਵੀਰ ਪ੍ਰਤੱਖ ਹੋ ਗਿਆ ਕਿਤਨਿਆਂ ਸੈਂਕੜੇ ਕੁਆਂ ਦੀ ਵਿੱਚ ਸੀ ਕਿ ਦੇਖਿਆ ਉਹ ਮੇਰਾ ਵੀਰ ਬੈਠਾ ਬਾਹਾਂ ਉਲਾਰ ਕੇ ਆਖਿਆ ਆ ਵੀਰ ਵੇ ਬੈਣ ਨੂੰ ਦਰਸ਼ਨ ਦੇ ਬੇਬੇ ਰੁੰਨੀ ਤਾਂ ਗਲੀਆਂ ਦੇ ਕੱਖ ਵੀ ਨਾਲ ਰੁੰਨੇ ਤਲਵੰਡੀ ਦੀਆਂ ਕੰਧਾਂ ਵੀ ਰੋ ਰਹੀਆਂ ਸੱਚ ਦੇ ਬੰਦੇ ਜੋ ਕੁਝ ਕਰਦੇ ਹਨ ਉਹਨਾਂ ਦਾ ਕੀਤਾ ਇਕੱਲੇ ਦਾ ਕੀਤਾ ਨਹੀਂ ਹੁੰਦਾ ਸਾਰੀ ਕਾਇਨਾਤ ਉਸਦੇ ਨਾਲ ਹੋ ਖਲਾਉਂਦੀ ਹੈ ਇਸੇ ਵਾਸਤੇ ਤਾਂ ਉਹਨਾਂ ਦੀ ਗੱਲ ਹੀ ਵਿਲੱਖਣ ਜਿਸ ਵੇਲੇ ਬੇਬੇ ਨੇ ਰੋ ਕੇ ਪੁਕਾਰਿਆ ਆ ਵੀਰ ਵੇ ਬਹਿਣ ਨੂੰ ਦਰਸ਼ਨ ਦੇ 12 ਸਾਲ ਬੀਤ ਗਏ 12 ਸਾਲ ਕਹਿਣੇ ਸੌਖੇ ਹਨ ਮਾਂ ਵੱਲ ਤੱਕਦੀ ਹੈ ਤਾਂ ਅੱਖਾਂ ਭਰ ਆਉਂਦੀਆਂ ਹਨ ਕਿਉਂਕਿ ਮਾਂ ਕਮਲੀ ਹੋ ਗਈ ਇੱਕ ਵਰੇ ਵਿੱਚ ਇੱਕ ਚੋਲਾ ਸੀਤਾ ਸੂ ਨਾਨਕ ਦਾ ਅੱਖਾਂ ਦੀ ਜੋਤ ਗਵਾਹ ਬੈਠੀ ਹੈ ਅਨੁਮਾਨ ਲਾ ਕੇ ਅੰਦਾਜ਼ੇ ਨਾਲ ਪਈ ਸੂਈ ਮਾਰਦੀ ਹੈ ਕਦੇ ਕੱਪੜੇ ਵਿੱਚ ਲੱਗਦੀ ਹੈ ਕਦੇ ਉਂਗਲੀ ਨੂੰ ਪਾਰ ਹੁੰਦੀ ਹੈ ਕਿਤੇ ਡਿੱਗ ਪੈਂਦੀ ਹੈ ਕੰਧ ਨਾਲ ਟੋਹ ਲਾ ਕੇ ਬੇਸੁਰਤੀ ਵਿੱਚ ਪਈ ਕਹਿੰਦੀ ਹੈ ਆ ਨਾਨਕ ਆ ਨਾਨਕ ਨਾਨਕੀ ਨਾ ਸਹਿ ਸਕੀ ਵੇਖ ਕੇ ਕੋਠੇ ਤੇ ਚੜ ਖੜਤੀ ਸੰਗਤ ਜੇ ਧਿਆਨ ਵਾਲਿਆਂ ਦਾ ਇਹ ਹਾਲ ਹੈ ਵੈਰਾਗ ਵਿੱਚ ਰਹਿ ਰਹੇ ਹਨ ਵੈਰਾਗ ਬੜਾ ਜ਼ਰੂਰੀ ਮਨ ਵੈਰਾਗ ਪਿਆ ਦਰਸ਼ਨ ਦੇਖਣ ਜਿਹਨਾਂ ਨੂੰ ਦਰਸ਼ਨ ਵੇਖਣ ਦਾ ਚਾਹ ਉਪਜਿਆ ਇਹ ਵੈਰਾਗ ਹੀ ਤਾਂ ਵਿਚੋਲਾ ਹੈ ਜੋ ਮਿਲਦਾ ਹੈ ਕੀਰਤਨ ਕੀ ਦਿੰਦਾ ਵੈਰਾਗ ਦਿੰਦਾ ਕਦੇ ਕਦੇ ਬਾਬਾ ਜੀ ਬਈ ਸੰਸਾਰ ਦਾ ਦਰਸ਼ਨ ਕਰਾਓ ਅੱਜ ਕਿਉਂਕਿ ਮਨ ਸੰਸਾਰ ਵੱਲ ਉਲਰਦਾ ਸੰਸਾਰ ਦੇ ਪਦਾਰਥ ਹੀ ਐਸੇ ਹਨ ਜਿਹਨਾਂ 'ਚ ਬੜੀ ਖਿੱਚ ਹੈ ਇਸ ਮਨ ਨੂੰ ਜਰਾ ਕੁ ਸੰਸਾਰ ਦਾ ਦਰਸ਼ਨ ਕਰਾ ਦਿਓ ਪਤਾ ਲੱਗ ਜਾਏ ਸੰਸਾਰ ਕੈਸਾ ਹੈ ਤਾਂ ਸ਼ਬਦ ਸੁਣਦੇ ਸਨ ਦੁਨੀਆਂ ਕੂੜ ਦਾ ਪਸਾਰ ਕੂੜ ਰਾਜਾ ਕੂੜ ਪਰਜਾ ਆ ਲਾਲਾ ਚਿੱਤ ਸੰਸਾਰ ਨਾਲ ਵੇਖ ਲੈ ਸੰਸਾਰ ਨੂੰ ਚੰਗੀ ਤਰ੍ਹਾਂ ਕਿਆ ਹਾਲਤ ਹੈ ਸੰਸਾਰ ਦੀ ਮੁਕਾਮ ਕਰ ਘਰ ਬੈਸਣਾ ਨਿਤ ਚੱਲਣੇ ਕੀ ਧੋਖ ਮੁਕਾਮ ਤਾਂ ਪਰ ਜਾਣੀਏ ਜਾਂ ਰਹੇ ਨੇ ਚੱਲ ਲੋਕ ਇਹ ਦੁਨੀਆਂ ਕੈਸ ਮੁਕਾਮ ਹੈ ਇਹ ਦੁਨੀਆਂ ਵੀ ਕੋਈ ਮੁਕਾਮ ਹੈ ਜਿੱਥੇ ਨਿਤ ਚੱਲਣ ਦੀ ਧੋਖ ਹੈ ਪਤਾ ਨਹੀਂ ਕਿਸ ਵੇਲੇ ਕੋਈ ਆਣ ਕੇ ਮਾਰੇ ਠੁੱਡਾ ਤੇ ਆ ਕੇ ਚੱਲ ਹੋਏ ਅੱਗੇ ਉੱਥੇ ਵੀ ਕੋਈ ਬਹਿਣ ਦਾ ਸੁੱਖ ਹੈ ਇਹ ਦੁਨੀਆਂ ਕੈਸ ਮੁਕਾਮ ਹੈ ਤਾਂ ਕੀ ਕਰ ਸਹਿਬਾ ਕਿਨ ਕਰ ਸਿਦਕ ਕਰਨੀ ਖਰਚ ਬੰਦ ਲਾਗ ਰਹੋ ਨਾਮੇ ਜੇ ਉਠਾ ਦੇਣ ਤਾਂ ਅੱਗਾਂ ਥਾਂ ਤਿਆਰ ਹੋਵੇ ਅੱਗਾਂ ਥਾਂ ਬਣੀ ਹੋਵੇ ਪਹਿਲਾਂ ਇੱਥੋਂ ਜਾਣਾ ਹੋਵੇ ਤੇ ਅੱਗਾਂ ਚਿੰਤਾ ਨਾ ਹੋਵੇ ਵੀ ਕਿੱਥੇ ਰਵਾਂਗੇ ਰਾਤ ਕਿੱਥੇ ਗੁਜ਼ਾਰਾਂਗਾ ਰਾਤ ਆਪਣੇ ਘਰ ਗੁਰੂ ਨਾਨਕ ਦੀ ਗੋਦ ਵਿੱਚ ਪਰ ਇਹ ਮੰਜ਼ਿਲ ਉਹਨਾਂ ਦੀ ਜਿਹਨਾਂ ਨੂੰ ਵੇਖਣ ਦਾ ਚਾਹ ਉਪਜਿਆ ਹੈ ਔਰ ਜਿਹਨਾਂ ਦੇ ਮਨ ਵੈਰਾਗ ਦਾ ਹੜ ਆਇਆ ਹੈ ਮਨ ਵੈਰਾਗ ਬਇਆ ਕਿਹੜਾ ਵੈਰਾਗ ਆਇਆ ਨੰਦ ਲਾਲ ਨੂੰ
ज्ञान मिला। क्यों हम रह न सका बिन देखे प्रीतम। अब ए पीर महाप्रबल भाई नहीं रह सकती जिवे मछली पानी तो बिना, जरा कड़ के ता देख तो तेनू दसेगी। तू नितनेम ना कर तू रह सकना, तू अमृत वेले ना उठ तू रह सकना, तू कीर्तन विच ना आता भी रह सकना, पर कुछ प्यार वालिया नू नहीं रह सकना। बाबिया खिल खिल बिललाए बबिया खिल खिल बिललाए बिन फिर देखे नींद न पाए गवार नहीं मरम जान दे कोई मेरम जाने, बिछड़िया की गत बिछड़े जानन मरम के जानन गवारी, बिछड़िया की गत गोपियां जानन। जद सुन दिठी ब्रज सारी बिछड़िया की गत राजा दशरथ जाने, जिन प्राण तजे कवारी। पता सी 14 सालां दे बाद राम ने मुड़े आने, पर ए बिछोड़ा न सह सकिया दशरथ। कोठे तो डिग मोया हाय राम करता, ए बिछोड़ा है ना नहीं सहया जाता। जिसनू एडी पीड़ होवे ना ओयो पा सकदा। सत्संगत बोलो श्री वाह। कोठे ते चढ़ खड़ोती है बेबे पई पुकार दी है, आ वीर वे भैन नू दर्शन दे कदों आवेगा। इधर बेबे कह रही है, उधर पातशाह बैठे सुन रहे हैं। ओ मरदानिया कुछ सुनिए ही नहीं पातशाह, हलिया सुन ता सही आवाज बेबे नानकी दी है। बेबे किवें सुन लिया जी एडी दूर बैठिया, केड़ा टैलीफोन लगा है तुहाडे कन दे नाल, जरा कि मेरे नाल भी लाओ। तां हजूर ने अपना सोहना सज्जा हाथ मरदाने दे सिर ते रखिया, तो मरदाने नूं आवाज आई बेबे पई पुकार दी। रोण निकल गया मरदाने दा, पातशाह तुसी भी तां हद कीती 12 साल। 12 साल तां हद हुंदी। आखो ना मरदानी अखां मीट की पै सोचदे हो। हाँ मरदानी अखां मीट, जा मरदानी अखां मीटियां तां साहिब ने आख्या मरदानिया अखां खोल दे असी आ गए। आ गए दी आवाज सुन के मरदानी अखां खोलियां, की तकिया तलवंडी दी गली विच जा रहे। मरदाना कहिंदा गरीब नवाज मैं जावा भज के, बेबे नूं देहां दिलासा वी तेरा वीर आ गया। हजूर ने बांह फड़ लई, नहीं ओए मरदानिया ठहर जा, पातशाह तुसी ते बड़ी हौली कदम कर ले, हौली हौली पै तुरदे हो। मरदाना की जाने के गलियां दे जिहड़े कख भी पए हन, ए भी कोई जन्मां दे रिखी हन। जो इस आस विच पए सन के जदों आवेगा उत्ते पैर रख के लंघेगा ना। दरस गुरां दा वेखण कारण मैं कख गली दा थीवां, ते ओ कख हन वगे वापरे दी ज्यों ज्यों मैं दर ते जाए सटीवां। इस आस विच पयन किते तेरे चरणा दी छो मिले ते बख्शे जाई। हजूर कदे इधर मुंह करके तुर पैंदे ने, कदे इधर मुंह करके तुर पैंदे ने, कदे उथे उथे ही पै फिरदे ने। मरदाना नहीं जानदा इस सार नूं, हजूर जानदे हन किस किस कख नूं छो मिली है, कौन कौन अजे इंतजार विच है। पातशाह हौली हौली पै चलदे हो, चलो ना छेती, बेबे दा ख्याल करो। साहब ने आख्या मरदानिया ये सब जमाती हैं, इन्हां सारियां दी इको जमात है। केड़ी उड़ीक इंतजार, इंतजार भी एक जमात है। जिसने ये जमात नहीं पढ़ी उन्हें कुछ नहीं पढ़िया। बाबा जी दा अंत वेला आन वाला सी, देहरादून बाबा जी सन ते सवाल चा कीता संगत नूं, क्यों भाई पपीए नूं बूंद मिल जाए तां चंगी है कि ना मिले तां चंगी।
ਤੇ ਸਭਨਾਂ ਨੇ ਆਖਿਆ ਪਾਤਸ਼ਾਹ ਮਿਲ ਜਾਏ ਤਾਂ ਵਾਹ ਵਾਹ, ਉਹ ਤਾਂ ਮੰਗਦਾ ਹੀ ਸ਼ਾਂਤੀ ਬੂੰਦ ਪਿਆ, ਮਿਲ ਜਾਏ ਤਾਂ ਕਿਹਾ ਹੀ ਕਹਿਣ। ਬਾਬਾ ਜੀ ਕਹਿਣ ਲੱਗੇ ਨੇ ਮਿਲ ਗਈ ਤਾਂ ਕੀ ਬਣਿਆ, ਜੇ ਬੂੰਦ ਮਿਲ ਗਈ ਫਿਰ ਤਾਂ ਚੁੱਪ ਹੋ ਗਿਆ ਕਿ ਨਹੀਂ, ਜੋ ਬੋਲਣ ਵਿੱਚ ਸਵਾਦ ਹੈ, ਇੰਤਜ਼ਾਰ ਵਿੱਚ ਸਵਾਦ ਹੈ, ਉਹ ਵਿਸਾਲ ਵਿੱਚ ਨਹੀਂ। ਸਾਧ ਸਿੰਘ ਬੋਲੋ ਸ੍ਰੀ, ਤੇ ਇੰਤਜ਼ਾਰ ਭਗਤੀ ਹੈ, ਇਹ ਬੂੰਦ ਮਿਲ ਜਾਣੀ ਇਹ ਗਿਆਨ ਹੈ। ਅਸਾਂ ਲੱਖ ਗਿਆਨ ਵਾਰੇ ਭਗਤੀ ਤੋਂ, ਸਾਨੂੰ ਭਗਤੀ ਦੀ ਲੋੜ ਹੈ। ਮਹਾਰਾਜ ਰਾਮ ਕਿਸ਼ਨ ਕਾਸ਼ੀ ਦਾ ਪੜਿਆ ਪੰਡਿਤ ਸੋਭਾ ਸੁਣ ਕੇ ਆਇਆ, ਇਹ ਪੂਰਨ ਪੁਰਖ ਹਨ, ਚਲੋ ਬਈ ਦਰਸ਼ਨ ਕਰੀਏ। ਜਿਸ ਵੇਲੇ ਧਰਮਸ਼ਾਲ ਆਇਆ ਤਾਂ ਪੁੱਛੇ ਉਸ ਭਾਈ ਰਾਮਕ੍ਰਿਸ਼ਨ ਸਾਹਿਬ ਬ੍ਰਹਮ ਗਿਆਨੀ ਮਹਾਰਾਜ ਕਿੱਥੇ ਹਨ? ਸੇਵਾਦਾਰ ਨੇ ਆਖਿਆ ਉਹ ਬੈਠੇ ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ, ਲੈ ਕੇ ਤਲੀਆਂ ਨਾਲੇ ਵਜਾਈ ਜਾਣ ਤੇ ਨਾਲੇ ਆਖਣ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ, ਧੰਨ ਲੱਗੀ ਪਈ। ਉਹ ਦਰਵਾਜ਼ੇ 'ਚ ਹੀ ਖੜੋ ਗਿਆ, ਕਹਿੰਦਾ ਲੈ ਮੈਂ ਤੇ ਬੜੀ ਸੋਭਾ ਸੁਣ ਕੇ ਆਇਆ ਸਾਂ, ਮੈਂ ਤੇ ਸਮਝਿਆ ਸੀ ਗਿਆਨਵਾਨ ਪੁਰਖ ਹਨ, ਪਰ ਇਹਨਾਂ ਨੂੰ ਗਿਆਨ ਕਿੱਥੇ? ਆ ਜੋ ਟਲੀਆਂ ਵਜਾ ਕੇ ਧੰਨ ਗੁਰੂ ਨਾਨਕ ਪੈ ਜਪਦੇ ਹਨ, ਇਹਨਾਂ ਨੂੰ ਗਿਆਨ ਕਿੱਥੇ? ਤੇ ਆਪਦੀਆਂ ਟਲੀਆਂ ਰੁਕ ਗਈਆਂ, ਪਾਸਾ ਪਰਤਿਆ, ਮੂੰਹ ਉੱਧਰ ਕੀਤਾ ਜਿੱਧਰ ਖੜੋਤਾ ਸੀ। ਕਹਿੰਦੇ ਨੇ ਓਏ ਪੜੂਆ ਉਹਨੇ, ਤੂੰ ਪੜੂਆ ਹੁੰਦਾ ਤੇਰਾ ਗਿਆਨ, ਅਸੀਂ ਤਾਂ ਗੁਰੂ ਨਾਨਕ ਦੇ ਦਰ ਦੇ ਕੁੱਤੇ ਆ, ਥੋੜੀ ਗੱਲ ਹੈ, ਉਹ ਗੁਰੂ ਨਾਨਕ ਦਾ ਕੁੱਤਾ ਬਣ ਜਾਣਾ ਥੋੜੀ ਗੱਲ ਹੈ। ਇਹ ਆਖ ਕੇ ਮੁੜ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ। ਗਿਆਨ ਕਿਆ ਹੈ? ਗਿਆਨ ਬਾਬਾ ਜੀ ਅੱਗੇ ਸਨ ਭਗਤੀ ਵਰਤੀ, ਪੁੱਛ ਵਾਲੇ ਮਹਾਰਾਜ ਦੇ ਪਾਸ ਬਹੁਤ ਸਾਰੇ ਸੇਵਕ ਸਨ। ਜਿਸ ਵੇਲੇ ਬਾਬਾ ਜੀ ਦੀ ਬਾਂਹ ਫੜ ਕੇ ਉਹਨਾਂ ਨੇ ਤਾੜੀ ਮਾਰ ਕੇ ਆਖਿਆ ਨੰਦ ਸਿੰਘ ਲੈ ਗਿਆ, ਨੰਦ ਸਿੰਘ ਲੈ ਗਿਆ, ਤਾਂ ਸਾਰੇ ਸੇਵਕ ਭੱਜ ਕੇ ਆ ਗਏ। ਅਸੀਂ ਵੀ ਤੇ ਕਿਤਨੀਆਂ ਵਰ੍ਹਿਆਂ ਤੋਂ ਸੇਵਾ ਪੈ ਕਰਨੇ ਆ ਮਹਾਰਾਜ, ਨੰਦ ਸਿੰਘ ਲੈ ਗਿਆ ਤੇ ਅਸੀਂ ਤੁਹਾਨੂੰ ਵੀ ਖਾਲੀ ਨਹੀਂ ਰੱਖਿਆ, ਜੋ ਤੁਸੀਂ ਮੰਗਦੇ ਹੋ ਤੁਹਾਨੂੰ ਵੀ ਦਿੱਤਾ, ਤਾਂ ਫਿਰ ਨੰਦ ਸਿੰਘ ਦਾ ਢੰਡੋਰਾ ਕਿਉਂ ਦੇ ਰਹੇ ਹੋ? ਆਖਣ ਲੱਗੇ ਤੁਸੀਂ ਮੰਗਿਆ ਗਿਆਨ ਮੁੰਡਾ, ਇਹਨੇ ਮੰਗੀ ਕੁੜੀ ਭਗਤੀ, ਜਿਸਨੂੰ ਕੁੜੀ ਦੇਈਏ ਬਾਈ ਉਹਦੇ ਅੱਗੇ ਮੱਥਾ ਟੇਕੀਦਾ। ਸਾਧ ਸਿੰਘ ਬੋਲੋ ਸ੍ਰੀ, ਇਹ ਭਗਤੀ ਪ੍ਰਭੂ ਦੀ ਸਤਵੰਤੀ ਨਾਲ ਭਗਤੀ। ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੂੰ ਤੂੰ ਜਾਤਾ, ਜਿਹਨਾਂ ਨੇ ਤੈਨੂੰ ਜਾਤਾ ਹੈ ਉਹਨਾਂ ਭਗਤੀ ਦੇ ਸਦਕੇ ਜਾਤਾ ਹੈ। ਤੇ ਭਗਤੀ ਕੀ ਹੈ? ਹਰ ਭਗਤੀ ਹਰ ਕਾ ਪਿਆਰ ਹੈ, ਪਿਆਰ ਹੀ ਤਾਂ ਭਗਤੀ ਹੈ। ਭਾਵ ਭਾਵ ਕਾ ਭੁੱਖਾ ਭਾਵ ਕਾ ਸਤਿ ਸ਼੍ਰੀ ਅਕਾਲ।
पूछ ना मुझको जाइए दर्शन करावांगा। ये हुक्मनामा बाबा जी का इस वेले कौन है? एक दिन सदके दोपहर नूं कहने लगे, रागा सिंह अज गुरु नानक नाल गल्लां करदिआं तेरा जिक्र आ गया। ते उन्होंने आखिया भी उहदे वास्ते आ हुक्म है। मैं कागज लिया पढ़िया तय कीता ते मुड़ जिस वेले देन लगा ते कहिंदे ने भई ये तेरे कोल है, सनदां कोल रखी दी आउंदियां ने। ਇਹ ਸ਼ਬਦ ਹੈ ਹਉ ਜਾਏ ਪੁੱਛਾਂ ਸੁਹਾਗ ਸੁਹਾਗਣ, ਤੁਸੀਂ ਕਿਉਂ ਕਿਰਪਾਏ ਅੜਾ ਫਿਰ ਮੇਰਾ, ਮੈਂ ਉੱਪਰ ਨਜ਼ਰ ਕਰੀ ਫਿਰ ਸਾਚੇ, ਮੈਂ ਛੋੜ ਅੜਾ ਮੇਰਾ ਤੇਰਾ, ਸਭ ਮਨ ਤਨ ਜੀਓ ਕਰੋ ਹਰ ਪ੍ਰਭ ਕਾ, ਇਹ ਮਾਰਗ ਭੈਣੇ ਮਿਲੀਏ ਆਪ ਨੜਾ ਪ੍ਰਭ ਨਜ਼ਰ ਕਰ ਦੇਖੈ, ਨਾਨਕ ਜੋਤ ਜੋਤੀ ਰਹੀ। ਇਸ ਬਿਨਾਂ ਆਖਿਆ ਭਾਵ ਬਿਨ ਸਭ ਕੁਛ ਵੀ ਦੇ ਮੈਂ ਕਦੀ ਲੇਤਾ ਨਹੀਂ, भाव से एक फूल भी दे तो मुझे स्वीकार, भाव बिन सुनी पुकार मैं कभी सुनता नहीं, भाव से एक टेर भी करती मुझे लाचार है, बांध लेते हैं भगत एक प्रेम की जंजीर से, बांध लेते हैं भगत एक प्रेम की जंजीर से, प्रेम की
मेरा अवतार है इसलिए इस भूमि पे होता मेरा अवतार है इसलिए इस भूमि पे होता मेरा अवतार है इसलिए इस भूमि पे होता मेरा अवतार है। सच कहूँ सुन ले हो सब सारे सुन लो ये वचन कोई सिर्फ सिखा वास्ते नहीं ये दरगाह दा कानून है और जिसने भी दरगाह विच जाने ओ इस कानून नू उलंघ के नहीं जा सकता फुल चढ़ा के ही जा सकता। साच कहूं सुन लियो सब है जिन प्रेम कियो ते नहीं प्रभु पायो मर्दानिया ठहर जिथे बेबे नानकी दी पुकार पहुंची है उथे एना प्यारियां दी भी पहुंची सबना नू निहाल करना सबना दियां गालां थाएं पावनियां हन। बाबा जी आखदे सन पुन्या दी रात मिली इसे वास्ते जो जो किसे ने महीना पर गाल काली है अज उसकी करनी कमाई ते मोर लगे बख्शीशां दी मोर लगे। मरदाना फिर काला पैंदा गरीब नवाज छेती चलो ना बेबे दा भी ख्याल करो मरदानिया चुप कर मरदानी नू चुप कराने दी खातर मरदानी दी बांह विच बांह पा ली है मेरे पातशाह ने ते पै आख दे बोल मरदानिया सत करनार पातशाह ने आखिया मरदानिया बोल सत करतार गलियां दे कखां चो भी आवाज आई बोल मरदानिया सत करतार बोल मरदानिया सत करतार ए तुन फरशां तो उठी अरशां तक पहुंची 33 करोड़ देवतियां ने उत्तों चातियां पाईयां आ मिठी धुन किधरों आ रही है तां की तकिया धन गुरु नानक पातशाह मरदाने दी बांह विच बांह पाई जांदे हन ते पै आख दिने बोल मरदानिया सत करतार कतारां लग गईयां आ गए भज के सारे अगी अगे धन गुरु नानक पातशाह मगर मगर 33 करोड़ देवता तलियां दी खाक चटदा आउंदा ते अर्श फर्श गूंज रहे हैं बोल मरदानिया सत करतार बोल मरदानिया सत करतार ते इन चलदे चलदे साहब आए बेबे दही रिड़क रही मक्खन कढ़िया पुरानिया यादा अखां विच आण वसियां वीर वे जदों छोटे जे हुंदे सन तुसीं मक्खन नहीं सी खांदे माता आखदी सी किसे बहाने खवा तवें इको ही बहाना करदी सां तली ते रख के मक्खन कहिंदी सां वीर वे भला मैं अखां पहलां खोलनियां कि तू मक्खन पहलां खाना तू हमेशा मेरी चाल विच आ जांदा रहे भला अज भी इसे तरह कर वेखा रख के तली ते मखन ध्यान धर के गुरु नानक पातशाह दा जिस वेले बेबे ने आखिया वीर वे भला मैं अखा पहला खोलनिया के तू मखन पहला तली तो मखन चुकिया भी गया ते साहब ने आखिया बेबे करतार चितावे बेबे ने अखा पिछा खोलिया गुरु नानक ने मखन पहला चुकिया मत्था टेकने लगी नू चेता आ गया पिता नू मिले हो के नहीं नहीं नानकी अजे मैं तुरया ही आऊना तो पहले बापू नू मिले कितने दिनां दे अंदर मुद्दे मूंह पए हन मैं रोटी लैके जांदी हां बुरकी तोड़दे हन मूंह तक ले जांदे हन ते हथों डिग पैंदी नानकी क्यों वीरवे ओ वेला चेते आ जांदा जदों तेरे मूंह ते उन्हें चपेड़ा मार हथ नू वेखदे आ उस वेले पब्बा निकल जांदियां ने मेरे हथ टुट ना गए मेरिया उंगलियां नू करुल ना पै गए मेरिया बाहवां सुकी लकड़ी ना हो गई मैं तेरे मुंह ते चपेड़ा मारियां
अंदर आए मर्यादा पुरुषोत्तम ने मत्था टेकिया। नानकी ने अगे होके आखिया अखा खोलो पिता जी वीर आया है, नानक किथे है। साहब अगे होए गुटगल वकड़ी पाई मुड़ चेता आ गया, नहीं नानक मैं तेरा अपराधी है, मैं 20 रुपया दे बदले तेरे मुंह ते चपेड़ा मारिया, अज मैं जानदा हाँ कि तू कौन है और मैं कौन। आखो मेरी से पूछे चल वे कोई तुम्हारे विछोड़े ने मेरी अखा खोल दतिया, पर माता नू मिले कि नहीं अजे नहीं मिले तो पहला मां नू मिले। आए कंध नाल टो लगी हुई है, नानक नानक पई कुक दिया तृप्ता नेड़े होके आखे अम्मा त्रुपक पई आ तो आवाज मेरे नानक दी है। नानकी ने अगे होके आखे अम्मा जी अखा खोलो वीर आया जे, पर अखा विच तो हुण जोत ही है नहीं वेखण वाली, अखा तो गई नानक नू पल, नानक आ गया अखा ना आईया, नानकी रह पई हुण मां तैनू किवें वेखेगी क्यों ना वेखेगी। यार वेखण नू सब कोई लोचै सो वेखे जिस आप विखाले, जिन्हू अपना आप विखालना चाहेगा वो तेनू किवे ना वेखेगा। जिस वेले मां नू पाई गलबकड़ी आखिया मां, ते मां दी छाती नाल लग गया लाल, मां दी छाती नाल लग गया जिगर दा टुकड़ा नानक, ते मां ने भी पाई गुटके गलबकड़ी ते अखां खुल गईया। हुण कौन छड़े कौन छड़े, पर छड़ाया राय बुलार ने, माता नू चेता आया पुछदी है नानक राय नू मिले के कोई ना। कितने संतोखी हैं, आप भी बड़े भुखे हैं बड़े प्यासे हैं, पर दूजे दी भुख प्यास दा केड़ा ख्याल कर दे, पहला राय नू मिलो बहुत अच्छा। तुर पे हजूर जिस वेले राय दे घर आए कदे उठ के इधर मुंह कर बैंदा कदे उठ के उधर मुंह कर बैंदा, खबर नहीं तू केड़े पासे बैठा हो, मैं कंड कर लवा तेन, मेरी कंड ना हो जाए वाह ऐसे दिखी जा। कोई सिदक दी खरायत मंगो राय बुलार कोल, कोई देवे किनका सानू भी सिदक दा, असी तो मत्था टेकिया ते कंड कीती तुरदे होए, पर राय तू धन है जिसने गुरु नानक नू कंड नहीं कीती। इसे तरह कर दिया रात गुजर जाती है, इसे तरह कर दिया दिन बीत जाता है, खबर नहीं तू किथे बैठा होवेगा ते मैं तेनू कंड ना कर बवा। साहब जा पहुंचे राय जी करतार चिते आवे, आ तो मेरे पातशाह की आवाज है, राय जी अखा खोलो असी आ गए तो जिन्हें राह तो आए उन्हें राह तो सदके जी आया ने। साहब जिस वेले आए तो राय ने गलवकड़ी पा ली, बैठा सी ना हजूर खड़ोते सन गोडियां नू गलवकड़ी पा ली, सात सिंह बोलो श्री सब किसे नू निहाल कीता सब किसे नू तारिया, ते साध संगत के जानी है अगों साड़ी वारी होवे साड़ी वारी होवे, तुसी अज राती से ध्यान विच सौना, अज दी रात के जानी है संजोग दी रात होवे, अज दी नींदर किते सुभागी नींदर हो जाए, आओ सुभागी नींदरिए आओ सुभागी नींदरिए मत शोते का सो
सुपने आया भी गया भी, सुपने आया भी गया, सुपने आया भी गया। जिन्हें जान दी सुपने तो कदे अख न खोल। हुण की बने हुण खोजो ताके चरण, सुपने उभी भई अखे गयो की ना अंचला, ये सुंदर पुरुख विराजत पेख मन बंचला। हुण क्यों रोनी है इस वास्ते के खोजो ताके चरण, जिन्हों सुपने विच देखिया उन्हों प्रतख वेखा। खोजो ताके चरण कहो कत पाइए तू यो दस, सुहागण बहन तू यो दस किवें देखा। बाबा जी तुसी दसो, आखन लगे पुनिया दी रात जागना जरूर मिलेगा, ना जाग सको तां ध्यान विच सो जाना। जिन्हों जागदे ही नहीं दिसया ते सुपने विच भी नहीं आया, ओ बेशक रो के मेरे वांगू आखे